ਅੱਜ ਕੱਲ ਦੀ ਨਵੀਂ ਪੀੜ੍ਹੀ ਬਾਰੇ ਕੁਝ ਗੱਲਾਂ। ਫੈਸ਼ਨ ਦੇ ਪਿੱਛੇ ਪੈ ਕੇ ਇਹ ਸੱਭਿਆਚਾਰ ਨੂੰ ਭੁਲਾਈ ਜਾਂਦੇ ਨੇ। ਇਹ ਅੱਜ ਕੱਲ ਦੇ ਬੱਚੇ ਸਭ ਕੁਝ ਭੁਲਾਈ ਜਾਂਦੇ ਨੇ। ਵੱਡਿਆਂ ਦਾ ਤਾਂ ਆਦਰ ਕਰਦੇ ਨਹੀਂ, ਸਗੋਂ ਆਪਣੀ ਬੇਇੱਜ਼ਤੀ ਕਰਾਈ ਜਾਂਦੇ ਨੇ। ਮੈਨਰਸ ਦਾ ਕੋਈ ਨਾਮ ਨਹੀਂ, ਬਦਤਮੀਜ਼ੀ ਨੂੰ ਹੱਡਾਂ 'ਚ ਰਚਾਈ ਜਾਂਦੇ ਨੇ। ਟੀਚਰਸ ਨਾਲ ਗੱਲ ਇਹ ਕਿਵੇਂ ਕਰਨੀ, ਇਹਨਾਂ ਨੂੰ ਤਾਂ ਇਹ ਆਉਂਦੀ ਹੀ ਨਹੀਂ, ਸਗੋਂ ਔਖੇ ਹੋ ਹੋ ਕੇ ਆਪਣਾ ਬੈਡ ਇੰਪ੍ਰੈਸ਼ਨ ਪਾਈ ਜਾਂਦੇ ਨੇ। ਪੜ੍ਹਾਈ ਦੇ ਨਾਮ 'ਤੇ ਮੂੰਹ 'ਤੇ 12 ਵੱਜ ਜਾਂਦੇ ਨੇ, ਫਿਲਮਾਂ ਵੇਖ ਕੇ ਸਮਾਂ ਗਵਾਈ ਜਾਂਦੇ ਨੇ। ਆਪਣੇ ਅਤੇ ਵੱਡਿਆਂ ਵਿਚਾਲੇ ਅੰਤਰ ਨੂੰ ਇਹ ਜਨਰੇਸ਼ਨ ਗੈਪ ਦੱਸਦੇ ਨੇ। ਹਿਸਟਰੀ ਬਾਰੇ ਜੇ ਪੁੱਛ ਲਓ ਤਾਂ ਇੰਗਲੈਂਡ ਨੂੰ ਇੰਡੀਆ ਦਾ ਨਕਸ਼ਾ ਦੱਸਦੇ ਨੇ। ਰਿਜ਼ਲਟ ਦੀ ਪਰਸੈਂਟੇਜ ਘੱਟ ਕਰਕੇ ਕੰਟੀਨ ਦਾ ਖਰਚਾ ਵਧਾਈ ਜਾਂਦੇ ਨੇ। ਇਹ ਵਿਗੜੇ ਹੋਏ ਬੱਚੇ ਆਪਣੇ ਆਪ ਨੂੰ ਮਾਡਰਨ ਜਨਰੇਸ਼ਨ ਅਖਵਾਈ ਜਾਂਦੇ ਨੇ। ਸੋ ਦੋਸਤੋ, ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਣਾ।